ਡਰਾਈਵਰ ਹੋਣੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸੁੱਤੇ ਉੱਠੇ ਆ ਥੋੜ੍ਹਾ ਬਹੁਤ ਆਪਣਾ ਬੋਡੀ ਨੂੰ ਸਟ੍ਰੈਚ ਅਪ ਕਰਦੇ ਪਏ ਆ ਅਤੇ ਹੁਣ ਜਿਹੜਾ ਤੁਹਾਨੂੰ ਦੱਸਾਂਗੇ ਕਿ ਡਰਾਈਵਰ ਹੋਣਾਂ ਦੀ ਅਲਮਾਰੀ ਹੈ ਕੱਪੜੇ ਛੱਡੋ ਵੀ ਕੱਪੜੇ ਠੀਕ ਹੀ ਆ ਜਿਹੜਾ ਬਾਹਰ ਨਿਕਲਦੇ ਹਾਲ ਦੇਖੀਏ ਘਰ ਦਾ ਕੀ ਬਣਿਆ ਬਹੁਤ ਮਾੜਾ ਹਾਲ ਆ ਭਰਾਵਾ ਤੰਗ ਆ ਚੁੱਕਾ ਵਿਚਾਰਾ ਗਰੀਬ ਹੋ ਗਿਆ ਆ ਗਰੀਬੀ ਦੀ ਇਹਦਾ ਕਾਰਨ ਹੈਗਾ ਬਈ ਉਹਨੂੰ ਪੈਸੇ ਮਿਲੇ ਸੀਗੇ ਅਤੇ ਪੈਸੇ ਜਿਹੜੇ ਇਹਨੇ ਖਰਚ ਕਰਤੇ ਗੱਡੀਆਂ ਉੱਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਹੁਣ ਜਿਹੜੀ ਆਹ ਗੱਡੀ ਆ ਜਿਹੜੀ ਤੁਹਾਨੂੰ ਦਿਖਾਉਂਦੇ ਆ ਇਹ ਗੱਡੀ ਇਹਦੇ ਡੈਡੀ ਉਹਨਾਂ ਨੇ 1980 ਦੇ ਵਿੱਚ ਲਈ ਸੀਗੀ ਜਿਹੜੀ ਕਿ ਮਤਲਬ ਇੰਨੀ ਜ਼ਿਆਦਾ ਘੈਂਟ ਨਹੀਂ ਰਹੀ ਸੀ ਹੁਣ ਕਿਉਂਕਿ ਅੱਜ ਕੱਲ੍ਹ ਤਾਂ ਨਵੀਆਂ ਤੋਂ ਨਵੀਆਂ ਵਧੀਆ ਐਡਵਾਂਸ ਗੱਡੀਆਂ ਆ ਚੁੱਕੀਆਂ ਆ ਪਰ ਹੁਣ ਜਿਹੜੇ ਕੰਮ ਨੇ ਅਸੀਂ ਪੈਸੇ ਲਏ ਸੀਗੇ ਉਹ ਕੰਮ ਅਸੀਂ ਕੀਤਾ ਨਹੀਂ ਅਤੇ ਉਹ ਉਹਨੂੰ ਹੁਣ ਗੱਲ ਰੜਕਦੀ ਪਈ ਆ ਕਿ ਬਈ ਘਰ ਬਣਾਉਣਾ ਵੀ ਹੈਗਾ ਆ ਗੱਡੀਆਂ ਦਾ ਚਲੋ ਕੋਈ ਨਾ ਲੈ ਲਈਏ ਉਹ ਘਰ ਦੀ ਹਾਲਤ ਤੁਸੀਂ ਆਪ ਹੀ ਦੇਖ ਲਓ ਘਰ ਦਾ ਹਾਲ ਬਹੁਤ ਮਾੜਾ ਆ ਗਰਾਜ ਵੀ ਵਿਚਾਰੇ ਦੀ ਬਹੁਤ ਮਾੜੀ ਹੈ ਪਰ ਗਰਾਜ ਦੇ ਵਿੱਚ ਗੱਡੀਆਂ ਟੈਂਟਡ ਹਨ ਬਈ ਜੀ ਵੈਗਨ ਉਹ ਚੱਕ ਉੱਥੇ ਲੰਬੋਰਗਿਨੀ ਖੜੀ ਕੀਤੀ ਬਾਈ ਨੇ ਕਿਆ ਲੈ ਬਾਤਾਂ ਇਹ ਤੁਹਾਨੂੰ ਦੱਸਦੀ ਹੈ ਪਰਸੋਂ ਇਹਨੂੰ ਪੈਸਾ ਮਿਲਿਆ ਸੀਗਾ ਅਤੇ ਸੈਨ ਐਂਡਰੀਅਸ ਜਾ ਕੇ ਸਿੱਧੇ ਦੋ ਗੱਡੀਆਂ ਲੈ ਕੇ ਆਇਆ ਅਤੇ ਸ਼ਿਫਟ ਕਰਾ ਕੇ ਲੈ ਕੇ ਆਇਆ ਉਹਦੀਆਂ ਉਹ ਮਾਮਾ ਗੱਡੀ ਦਾ ਬਾਹਰ ਕੱਢ ਲਾ ਉੱਦਾਂ ਹੀ ਲੈਟਾਂ ਜਗਾਈ ਜਾਂਦਾ ਆ ਫਿਰ ਕਿ ਉਹਨੂੰ ਗੱਡੀ ਕੱਢ ਲਾਂਗੇ ਬਾਹਰ ਅੱਜ ਇਹ ਹੁਣ ਅਸੀਂ ਗੱਡੀ ਬਾਹਰ ਕੱਢ ਲਈਏ ਗੱਡੀ ਦਾ ਲੁੱਕ ਦੇਖ ਲਓ ਓਵਰਵਿਊ ਦਿਖਾਉਂਦੇ ਹਾਂ ਗੱਡੀ ਦਾ ਥੋੜ੍ਹਾ ਬਹੁਤ ਗੱਡੀ ਦੇ ਲੋਹੇ ਨਹੀਂ ਮੈਨੂੰ ਵਧੀਆ ਲੱਗ ਰਹੇ ਗੱਡੀ ਦੇ ਲੋਹੇ ਚੇਂਜ ਕਰਾ ਲਵਾਂਗੇ ਚਲੋ ਕੋਈ ਨਹੀਂ ਡਰਾਈਵਰ ਉਹਨਾਂ ਨਾਲ ਗੱਲ ਕਰਕੇ ਸਹਿਮਤੀ ਨਾਲ ਅਸੀਂ ਇਹਦੇ ਅਲੋਏ ਵੀਲ ਚੇਂਜ ਕਰਵਾ ਕੇ ਆਵਾਂਗੇ ਬਾਈ ਹੁਣ ਜਿੱਦਾਂ ਗੱਲ ਹੈ ਕਿ ਅੱਜ ਅਸੀਂ ਪ੍ਰੋਪਰਟੀ ਦੇਖਣ ਚੱਲੇ ਹਾਂ ਇੱਕ ਦੇਖਦੇ ਹਾਂ ਕਿ ਬਈ ਨੇੜੇ ਪ੍ਰੋਪਰਟੀ ਕਿਹੜੀ ਆ ਸਾਡੇ ਕੋਲ 4 ਪ੍ਰੋਪਰਟੀਆਂ ਜਿਹੜੀਆਂ ਆਪਣੇ ਰੇਂਜ ਦੇ ਵਿੱਚ ਹੈਗੀਆਂ ਮਤਲਬ ਜਿਹੜੀਆਂ ਸਾਡੇ ਬਈ ਜਿਹਨਾਂ ਨੂੰ ਔਕਾਤ ਹੈਗੀ ਆ ਖਰੀਦਣ ਦੀ ਉਹ ਖਰੀਦ ਲਵਾਂਗੇ ਜਿਸ ਤੋਂ ਪੈਸਾ ਬਣੇ ਅਤੇ ਫਾਇਦਾ ਫੂਦਾ ਹੋਵੇ ਥੋੜ੍ਹਾ ਦੇਖਦੇ ਹਾਂ ਹੁਣ ਅਸੀਂ ਮਾਰਕ ਲਗਾ ਲਿਆ ਪਹਿਲੀ ਵਾਲੀ ਪ੍ਰੋਪਰਟੀ 'ਤੇ ਜਾ ਕੇ ਆਉਂਦੇ ਹਾਂ ਉਹ ਭਰਾਵਾ ਸੜਕ 'ਤੇ ਪਾ ਲਾ ਕਿਤੇ ਤੁਰੇ ਹਾਂ ਅਤੇ ਗੱਡੀ ਦਾ ਕੰਟਰੋਲ ਬਹੁਤ ਵਧੀਆ ਭਾਜੀ ਮੈਂ ਕਿਹਾ ਨਜ਼ਾਰਾ ਰੁਕਦੀ ਨਹੀਂ ਗੱਡੀ ਜੇ ਇੱਕ ਵਾਰੀ ਰੇਤ ਦੱਬ ਲਓ ਰੁਕਦੀ ਨਹੀਂ ਚਲੋ ਕੋਈ ਨਹੀਂ ਭਾਵਨਾਵਾਂ ਸਮਝ ਸਕਦੇ ਤੁਸੀਂ ਕਿਉਂਕਿ ਗੱਡੀ ਬਹੁਤ ਮਹਿੰਗੀ ਲੈ ਲਈ ਹੈ ਡਰਾਈਵਰ ਉਹਨਾਂ ਨੇ ਡਰਾਈਵਰ ਹੁਣੀ ਪਤਾ ਨਹੀਂ ਕਿੱਧਰ ਨੂੰ ਮੁੜੀ ਜਾਂਦੇ ਆ ਹੁਣ ਅਸੀਂ ਜਾਵਾਂਗੇ ਪਹਿਲੀ ਪ੍ਰੋਪਰਟੀ 'ਤੇ ਉਹ ਥੋੜ੍ਹਾ ਇੱਕ ਏਅਰਫੀਲਡ ਏਰੀਆ ਆ ਸ਼ਾਇਦ ਮੈਨੂੰ ਲੱਗਦਾ ਏਅਰਪੋਰਟ ਏ ਆ ਸੈਂਡੀ ਸ਼ੋਰਟਸ ਦਾ ਅਤੇ ਉਹਦੇ ਵਿੱਚ ਜਿੱਦਾਂ ਆ ਕਿ ਮਤਲਬ ਇਲੀਗਲ ਕੰਮ ਕਰਨਾ ਕਹਿਣ ਨੂੰ ਤਾਂ ਲੀਗਲ ਹੀ ਆ ਪਰ ਲੱਗਦਾ ਇਲੀਗਲ ਜਿਹਾ ਹੀ ਆ ਥੋੜ੍ਹਾ ਕਿ ਤੁਹਾਨੂੰ ਪਤਾ ਹੀ ਹੈ ਗੱਡੀ ਤੇਜ਼ ਬਹੁਤ ਉੱਡਦੀ ਹੈ ਅਤੇ ਹੁਣ ਮੈਨੂੰ ਲੱਗ ਰਿਹਾ ਜਿੱਦਾਂ ਅਸੀਂ ਗੱਲ ਕਰਦੇ ਪਏ ਸੀਗੇ ਕਿ ਉਹ ਏਅਰਫੀਲਡ ਏਰੀਆ ਥੋੜ੍ਹਾ ਇਲੀਗਲ ਕੰਮ ਉੱਥੇ ਕਹਿਣ ਨੂੰ ਹੁੰਦਾ ਸ਼ਾਇਦ ਮੈਨੂੰ ਲੱਗਦਾ ਅਸੀਂ ਅੱਗੇ ਆ ਗਏ ਹਾਂ ਅੱਗੇ ਆ ਗਏ ਬਈ ਗੱਡੀ ਦੁਬਾਰਾ ਮੋੜ ਕੇ ਅਸੀਂ ਏਅਰਫੀਲਡ 'ਤੇ ਜਾਂਦੇ ਹਾਂ ਅਤੇ ਜਿੱਦਾਂ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਅਸੀਂ ਵੈਪਨਸ ਲੋਡ ਕਰਕੇ ਦੂਜੀ ਕੰਟਰੀਆਂ ਦੇ ਵਿੱਚ ਛੱਡ ਕੇ ਆਉਣੇ ਹਾਂ ਬਈ ਪੈਸਾ ਤਾਂ ਚਲੋ ਇਹਦੇ ਵਿੱਚ ਹੋਣਾ ਹੀ ਆ ਓਬੀਅਸਲੀ ਪੈਸਾ ਤਾਂ ਵਾਧੂ ਹੀ ਹੋਣਾ ਇਹਦੇ ਵਿੱਚ ਪਰ ਕੰਮ ਥੋੜ੍ਹਾ ਰਿਸਕੀ ਆ ਰਿਸ਼ ਵਾਲਾ ਕੰਮ ਆ ਕੋਈ ਨਹੀਂ ਗੱਡੀ ਜਿਹੜਾ ਉੱਪਰ ਨੂੰ ਚੱਲੋ ਉੱਥੇ ਬੋਰਡ ਸੀਗਾ ਯਾਰ ਲੱਗਾ ਮੈਂ ਦੇਖਿਆ ਪਹਿਲਾਂ ਵੀ ਇਹ ਹਾਂ ਆਹ ਲੱਗਾ ਯਾਰ ਇਹ ਬੋਰਡ ਆ ਇਹ ਬੋਰਡ 'ਤੇ ਡਿਟੇਲਸ ਚੈੱਕ ਕਰਦੇ ਹਾਂ ਅਸੀਂ ਜਾ ਕੇ ਕੀ ਆ ਪ੍ਰੋਪਰਟੀ ਦੀਆਂ ਹਾਂ ਕਹਿੰਦੇ ਬਈ 1.5 ਲੱਖ ਦੀ ਪ੍ਰੋਪਰਟੀ ਹੈ $1.5 ਲੱਖ ਦੀ ਅਤੇ 12,000 ਰੁਪਇਆ ਤੁਸੀਂ ਕਮਾ ਸਕਦੇ ਹੋ ਇੱਕ ਗੇੜੇ ਦਾ 5,000 ਇੱਕ ਦਾ ਅਤੇ 7,000 ਇੱਕ ਦਾ ਬਈ ਹੁਣ ਕੀ ਕਰੀਏ ਜੇ ਆਪਣੇ ਕੋਲ ਹੈਗਾ 1,77,706 ਰੁਪਏ ਆ $6 ਹੈਗੇ ਆ ਅਤੇ ਡਰਾਈਵਰ ਨੂੰ ਜ਼ੋਰ ਲਾ ਰਹੇ ਆ ਦਿਮਾਗ 'ਤੇ ਕਿ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ ਕਿਉਂਕਿ ਸਿਚੁਏਸ਼ਨ ਥੋੜ੍ਹੀ ਔਖੀ ਹੈ ਪੈਸਾ ਬਹੁਤ ਘੱਟ ਆ ਇਹ ਵੀ ਪੈਸਾ ਜੇ ਖਤਮ ਕਰਤਾ ਤਾਂ ਔਖਾ ਹੋ ਜਾਣਾ ਡਰਾਈਵਰ ਕਹਿੰਦਾ ਥੋੜ੍ਹਾ ਜਿਹਾ ਦੇਖੀਏ ਹੁਣ ਥੋੜ੍ਹਾ ਆਊਟ ਕੀ ਆਊਟਪੁੱਟ ਹੋ ਸਕਦੀ ਹੈ ਆਊਟਪੁੱਟ ਤਾਂ ਭਾਜੀ ਵਧੀਆ ਆ ਹੁਣ ਤੁਸੀਂ ਦੱਸੋ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ ਕਿਉਂਕਿ ਦੂਜੀ ਪ੍ਰੋਪਰਟੀ ਦੇਖ ਲੈਂਦੇ ਹਾਂ ਅਸੀਂ ਦੂਜੀ ਪ੍ਰੋਪਰਟੀ ਉਹ ਹੈ ਉਹ ਰਹਿਣ ਦੇ ਭਰਾਵਾ ਇਹਨੂੰ ਚੇਂਜ ਹੀ ਕਰ ਤੂੰ ਪੈਸੇ ਪੈਸੇ ਹੈ ਨਹੀਂ ਇੰਨੇ ਦੂਜੀ ਦੇਖੋ
यार ये सस्ती है, इत काम भी देखना पड़ा ना किदा का फिर मुर्गियों का घर ठीक है। चलो सस्ती वाली देखते हैं भाई, हूँ मुर्गियों का घर देख के आते कि पोल्ट्री फार्म वगैरह लगता होना मैं। चलो भरावा हौली मोड़ना, चलो भाई हम देख के आते हैं, असं पोल्ट्री फार्म देख के आइए मुर्गियों का घर, देखते हैं वो कि कमाई सानू होगी। $80,000 तो कहते हैं भाई, देखते हैं क्या पता पैसे पुए पूरे हो ही जाएगी ना, जे उ ना बनिया काम तो फिर ये वाली तो पक्की है, ये तो चलो खरीद ही लवेंगे, अपना गेड़ा तो पूरा हो ही जाना है, 5-6 गेड़े ला के साडा काम तो निकल जाना है। चलो 10-12 गेड़े दूजे पन्नी जा भरावा, एयर कंट्रोल बहुत सोने गड्डी है, रुकती ही नहीं तुम जिदा दसिया मैं, जे एक बार चलती है तो बुकती जाती है, तो बुकती है तो फिर रुकती नहीं है, पापा हौली गल ये हूँ असं मेन हाईवे पर आ चुके। पुलसियां की हो गया जरा लाई साइड से, नहीं तू निकल 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 होर भरावा गल नहीं पाने पुलसिए अगे, इन्हों प्यार ही बड़ा साढ़े नाल। हूँ असं मेन हाईवे पर जाने सीधे, ये सीधे लॉस एंजेलस जाता शायद, हाँ नहीं ये शायद मुझे लगता मिलट्री बेस जाता, मिलट्री बेस तो हो गया फिर उपरों घूम के लॉस एंजेलस वाल जाता है। चलो कोई नहीं असं हम देखते हैं, असं पहले जाके मुर्गियों का घर देखिए, देखते हैं सूँ कि प्रॉपर्टी का की रेट पैंता है, की साड़ी कमाई है, किन्नी इन्वेस्टमेंट सानू करनी पड़ी। इन्वेस्टमेंट तो चलो $80,000 की हैगी है, पर देखते हैं हम उ कि कमाई होंगी है, आउटपुट की निकलता है। ये गड्डी मैं ज़्यादा ही तेज चला रहा, थोड़ी ब्रेक ला लो, हाँ नहीं तो बाद चो होर पता लग गया हो, ज़्यादा ही काम ना पै जाए, ज़्यादा ही चा चाहते प्रॉपर्टी की जगह हॉस्पिटल ही ना पहुंची हो, क्योंकि गड्डी भी नवी है हाले 2 दिन हो गया लई नूं, अज ही खिंची है मेन रोड से अज ही पाई है यार, पहला तो पिंड घुमाते रहे हैं, तो पिंड ने यार आ जाती है लोग नाल देख दुखन, साडा गुआंढी बहुत औखा होंदा यार, उन्हूं हुण दिक्कत हुई हो आ कि यह गड्डी लै किदा आए पिंड दे विच, क्योंकि यह पहली गड्डी है G63 AMG, यह पिंड दे विच पहली गड्डी आ। ओए हौली 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 जरा मैं गलत पासे आ गया, ओए मोटरसाइकिल ना छड्ड जरा, हुण इत्थे ਇੱਥੇ ਘੁੰਮਣਾ ਯਾਰ, ਹਾਂ ਅੱਗੇ ਜਾ ਕੇ ਇਹਦੇ ਸੱਜੇ ਪਾਸੇ ਆਉਣਾ ਆ ਅਸੀਂ, ਉਹ ਲਾਲ ਬੱਤੀ ਚਲੋ ਕੋਈ ਨਹੀਂ ਤੋੜ ਦਿੰਦੇ ਇਹ, ਤੋੜ ਕੇ ਹੁਣ ਅਸੀਂ ਅੱਗੇ ਜਾ ਕੇ ਫਿਰ ਖੱਬੇ ਹੋਣਾ ਹੈਗਾ ਆ, ਖੱਬੇ ਹੋ ਕੇ ਫਿਰ ਹੁਣ ਸਿੱਧੇ ਜਾ ਕੇ ਇੱਥੇ ਆ ਪੁਲਸੀਆ ਕਿੱਥੇ ਘੁੰਮਦਾ, ਉਹ ਰੋਕਲਾ ਰੋਕਲਾ ਰੋਕਲਾ, ਇੱਥੇ ਕੀ ਉਹ ਆ ਕਿਹੜਾ ਮੁਰਗੀਆਂ ਦਾ ਘਰ ਆ, ਇੱਥੇ ਮੁਰਗੀਆਂ ਨਾ ਚੱਲੀਆਂ ਆ ਕੇ ਓਪਰਾ ਜੀ, ਇਹ ਤਾਂ ਗਲਤ ਜਗ੍ਹਾ 'ਤੇ ਆ ਗਏ, ਇਹ ਤਾਂ ਥੋੜ੍ਹਾ ਬਾਹਰ ਬੂਹਰ ਨਿਕਲਿਆ ਹੋਇਆ, ਨਹੀਂ ਜੀ ਇਹੋ ਜਿਹੇ ਕੰਮ ਨਹੀਂ ਅਸੀਂ ਕਰ ਸਕਦੇ, ਸਾਨੂੰ ਨਹੀਂ ਇਹ ਪਸੰਦ। ਹਾਂ ਬਈ ਡਰਾਈਵਰ ਕੀ ਕਹਿੰਦਾ ਆ, 950 ਮਿਲਣੇ ਇੱਥੋਂ ਦਾ ਹਫ਼ਤੇ ਦਾ, ਉੱਥੇ ਸਾਲੇ 10 ਗੇੜੇ ਲਾਏ ਤਾਂ ਪੂਰਾ ਹੋ ਜਾਣਾ ਪੈਸਾ, ਕਿੱਦਾਂ ਕੀਤੀ ਜਾਵੇ, ਕੀ ਕਹਿੰਦਾ ਫਿਰ ਦੱਸੋ ਬਈ ਕਮੈਂਟ ਕਰਕੇ, ਡਰਾਈਵਰ ਤੁਹਾਨੂੰ ਪੁੱਛ ਰਿਹਾ ਬਈ ਕਿੱਦਾਂ ਕੀਤਾ ਜਾਵੇ, ਖਾਇਆ ਚੱਲ ਫਿਰ ਉੱਧਰ ਹੀ ਚੱਲਦੇ ਹਾਂ, ਉਹੀ ਸੈੱਟ ਬੈਠਾ ਸਾਨੂੰ ਤਾਂ ਖੋਲ ਤਾਕੀ, ਚੱਲ ਬੈਠ ਬਈ। ਜਿੱਦਾਂ ਹੁਣ ਤੁਹਾਨੂੰ ਮੈਂ ਦੱਸ ਰਿਹਾ ਕਿ ਇਹ ਕੰਮ ਆਪਣੇ ਆਇਆ ਨਹੀਂ ਸਿਸਟਮ ਜਿਹਾ ਜ਼ਿਆਦਾ ਸੈੱਟ, ਤਾਂ ਇਹ ਵੀ ਥੋੜ੍ਹਾ ਮਹਿੰਗਾ ਯਾਰ, ਇਹ ਵੀ ਔਕਾਤ ਦੁਬਾਰਾ, ਇੱਥੇ ਹੀ ਚੱਲਦੇ ਹਾਂ, ਇੱਥੇ ਹੀ ਆਪਣੀ ਸਿਸਟਮ ਸੈੱਟ ਜਿਹਾ ਬਣਾ ਆ, ਇੱਥੇ ਹੀ ਆਪਣਾ ਕੰਮ ਹੋ ਸਕਦਾ ਅੱਗੇ ਬਈ। ਦਿਮਾਗ ਲਾ ਰਿਹਾ ਡਰਾਈਵਰ ਆਪਣਾ, ਸੋਚ ਰਿਹਾ ਬਹੁਤ, ਅਤੇ ਚਲੋ ਆਪਾਂ ਇੱਦਾਂ ਕਰਦੇ ਹੁਣ 1.5 ਲੱਖ ਵਾਲੀ ਫਾਈਨਲ ਕਰਕੇ ਆਉਂਦੇ ਹਾਂ, ਜ਼ਿਆਦਾ ਸੋਚਣਾ ਨਹੀਂ ਹੈ, ਹੁਣ 1.5 ਲੱਖ ਵਾਲੀ ਫਾਈਨਲ ਕਰਕੇ ਅਤੇ ਉੱਥੇ ਦੇਖਦੇ ਹਾਂ ਕੀ ਕਾਰੋਬਾਰ ਚੱਲਦਾ ਅਤੇ ਕੀ ਨਹੀਂ ਚੱਲਦਾ, ਕੋਈ ਨਹੀਂ ਰਿਸਕ ਲੈ ਲਵਾਂਗੇ ਪਰ ਗਲਤ ਕੰਮ ਨਹੀਂ ਕਰਾਂਗੇ, ਵੈਸੇ ਹੈਗਾ ਤਾਂ ਉਹ ਵੀ ਗਲਤ ਕੰਮ ਆ, ਪਰ ਇਹ ਵਾਲਾ ਥੋੜ੍ਹਾ ਜ਼ਿਆਦਾ, ਇਹ ਥੋੜ੍ਹਾ ਨੈਕਸਟ ਲੈਵਲ ਕੰਪਨੀ ਵਾਲਾ ਕੰਮ ਆ ਜਾਂਦਾ ਨਾ, ਫਿਰ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ। ਹਾਂ ਬਈ ਮੈਪ ਲਾ ਲਈਏ, GPS ਬਾਈ ਸੈੱਟ ਕਰਨਾ ਪੈਂਦਾ, ਆਟੋਮੈਟਿਕ ਹੈ ਨਹੀਂ, ਗੱਡੀ ਤਾਂ 2 ਕਰੋੜ ਦੀ ਲੈ ਲਈ ਆ, ਆਟੋਮੈਟਿਕ ਹੈ ਨਹੀਂ ਬਈ। ਜਿੱਦਾਂ ਹੁਣ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਕਿ ਜਿੱਦਾਂ ਸਾਡਾ ਗੁਆਂਢੀ ਆ ਉਹ ਹੁਣ ਸੜ ਚੁੱਕਾ ਆ ਗਈ, G63 ਆ ਕਿੱਦਾਂ ਗਈ ਪਿੰਡ ਦੇ ਵਿੱਚ, ਵਧੀਆ 2 ਕਰੋੜ ਦੀ ਗੱਡੀ ਲੈ ਕਿੱਦਾਂ ਲਿਆ ਗਏ, ਕਿਉਂਕਿ ਇਹਦੇ ਡੈਡੀ ਉਹਨਾਂ ਨੇ $1980 ਦੇ ਵਿੱਚ ਉਹ ਗੱਡੀ ਲਈ ਸੀਗੀ $12,000 ਦੀ, ਅਤੇ ਇਹ ਬਾਈ ਜੀ ਲੈ ਕੇ ਆ ਚੁੱਕੇ ਆ 250, ਕਿੰਨੇ ਨਹੀਂ 250 ਨਹੀਂ $2,50,000 ਦੀ ਗੱਡੀ ਲਿਆਏ ਆ, ਫਿਰ ਬਈ ਹੁਣ ਰੜਕ ਤਾਂ ਮੱਚਦੀ ਆ ਵਿਚਾਰੇ ਦੇ ਅਗਲੇ ਦੀ।
ਬਣਦਾ ਆ। ਉਹ ਯਾਰ ਰਸਤੇ ਦੇ ਵਿੱਚ ਹੁਣ ਤੁਸੀਂ ਦੇਖ ਹੀ ਸਕਦੇ ਹੋ, ਤੁਸੀਂ ਕਹੋਗੇ ਕਿ ਸਾਡੇ ਕੋਲ ਗ੍ਰੇ ਕਲਰ ਦੀ ਗੱਡੀ ਸੀਗੀ ਅਤੇ ਚਿੱਟੇ ਰੰਗ ਦੀ ਗੱਡੀ ਕਿੱਦਾਂ ਆ ਗਈ? ਬਈ ਸਾਡਾ ਨਾ ਐਕਸੀਡੈਂਟ ਹੋ ਗਿਆ, ਡਰਾਈਵਰ ਹੁਣ ਜ਼ਿਆਦਾ ਖੁਸ਼ ਹੋ ਗਏ ਸੀਗੇ ਅਤੇ ਪੁਲਿਸ ਉਹਨਾਂ ਨੇ ਗੱਡੀ ਗੁੱਡੀ ਉਹ ਬਾਉਂਡ ਕਰਤੀ ਆ, ਖਰਾਬ ਵੀ ਹੋ ਗਈ ਆ। ਤਾਂ ਫਿਰ ਹੁਣ ਜਰਾ ਉਹ ਕੱਲ੍ਹ ਨੂੰ ਦੇਖਾਂਗੇ, ਤਾਂ ਹੁਣ ਮੈਂ ਆਪਣੇ ਭਰਾ ਕੋਲੋਂ ਆਪਣੀ ਚਿੱਟੇ ਰੰਗ ਦੀ ਗੱਡੀ ਮੰਗੀ ਉਹਦੀ, ਮੈਂ ਕਿਹਾ ਆਪਣੇ ਵਾਲੀ ਗੱਡੀ ਭੇਜ ਜਰਾ, ਕਿਉਂਕਿ ਸਾਡੇ ਵਾਲੀ ਗੱਡੀ ਤਾਂ ਪੁਲਿਸ ਲੈ ਗਈ ਆ, ਤਾਂ ਪੈਸੇ ਪੂਸੇ ਦੇ ਕੇ ਮੌਕੇ ਤੋਂ ਵਾਰਦਾਤ ਛੱਡੀ ਆ। ਅਸੀਂ ਉਹਨਾਂ ਨੂੰ ਕਿਹਾ ਗੱਡੀ ਤੁਸੀਂ ਲੈ ਜਾਓ, ਕੋਈ ਨਹੀਂ ਅਸੀਂ ਕੱਲ੍ਹ ਆ ਕੇ ਕੰਮ ਕਰ ਲਵਾਂਗੇ, ਜਿਹੜੇ ਕਾਗਜ਼ ਪੱਤਰ ਜਿੰਨੇ ਵੀ ਜੋ ਵੀ ਬਣਦੀ ਕਾਰਵਾਈ ਹੋਈ ਦੇਖ ਲਵਾਂਗੇ। ਯਾਰ ਕੀ ਕਰੀਏ, ਚਾਹੀ ਇੰਨਾ ਆ। ਹੁਣ ਫਿਰ ਮੈਂ ਆਪਣੇ ਭਰਾ ਨੂੰ ਫੋਨ ਕੀਤਾ, ਉਹ ਗੱਡੀ ਛੱਡ ਕੇ ਗਿਆ ਆ, ਤਾਂ ਹੁਣ ਉਹਦੀ ਗੱਡੀ ਅਸੀਂ ਘਰੇ ਖੜੀ ਖੜੀ ਕਰ ਦੇਵਾਂਗੇ ਜਾ ਕੇ, ਅਤੇ ਆਪਣੇ ਵਾਲੀ ਚੱਕ ਲਵਾਂਗੇ ਲੈਬੋਰਮੀ। ਚਾਹੋ ਇਹ ਵੀ ਨਾ ਬਣ ਰਹੀ ਯਾਰ, ਕਦਾਂ ਮੈਨੂੰ ਸਮਝ ਨਹੀਂ ਆਉਂਦੀ ਹੈ ਡਰਾਈਵਰ ਹੁਣ ਇੰਨੇ ਖੁਸ਼ ਕਿਉਂ ਹੋ ਜਾਂਦੇ ਆ, ਜਾਣਾ ਕਾਰਾਂ 'ਚ ਆਉਣਾ ਅਖਬਾਰਾਂ 'ਚ ਉਹ ਵਾਲੇ ਕੰਮ ਨਾ ਕਰਦੀ ਕਿਤੇ। ਫਿਰ ਸਿੰਘਾ ਭਾਈ ਕਹੂਗਾ ਇਹ ਤਾਂ ਐਂ ਚੱਲਦੀ ਆ। ਚੱਲ ਕੋਈ ਨਹੀਂ, ਜਾਣਾ ਨਹੀਂ ਜਾਣਾ, ਖੁਸ਼ੀ ਆ ਹੁਣ, ਕਿਉਂਕਿ ਉਹ ਸਾਨੂੰ ਪਤਾ ਕੀ ਆ, ਉਹ ਪੰਜ ਛੇ ਬੰਦੇ ਹੋਰ ਪਿੰਡ 'ਤੇ ਲੱਗੇ ਹੋ ਆ ਉਹ ਜ਼ਮੀਨ ਨੂੰ ਲੈਣ, ਅਤੇ ਮੈਂ ਚਾਹੁੰਦਾ ਹਾਂ ਕਿ ਹੁਣ ਪੈਸੇ ਹੈਗੇ ਆਪਣੇ ਕੋਲ, ਅਤੇ ਹੁਣ ਆਪਾਂ ਕੱਢ ਲਈਏ ਕਲਾ, ਕਿਉਂਕਿ ਬਾਅਦ 'ਚੋਂ ਫਿਰ ਔਖਾ ਹੋ ਜਾਂਦਾ ਆ। ਬਾਅਦ 'ਚੋਂ ਫਿਰ ਪਿੰਡ ਵਾਲੇ ਯਾਰ ਮੱਚਦੇ ਬਹੁਤ, ਇੱਕ ਤਾਂ ਜਦੀ ਗੱਡੀ ਲਈ ਉਹ ਤਾਂ ਮੱਚਦੇ ਆ, ਨਜ਼ਰ ਲੱਗੇ ਗੱਡੀ ਨੂੰ ਯਾਰ ਐਕਸੀਡੈਂਟ ਹੋ ਗਿਆ। ਚਲੋ ਕੋਈ ਨਹੀਂ, ਦੇਖਦੇ ਹਾਂ। ਆ ਯਾਰ ਪੁਲਸੀ ਹੈ ਯਾਰ, ਇੱਥੇ ਘੁੰਮੀ ਜਾਂਦੇ ਆ ਸਾਈਡ 'ਤੇ ਮੋੜ ਭਰਾਵਾ, ਅੱਗੇ ਉਹ ਲੈ ਇਹਨਾਂ ਦੇ। ਚਲੋ ਚੱਲੀਏ, ਹੁਣ ਅਸੀਂ ਸਿੱਧੇ ਰਹਿ ਜਾਂਦੇ ਹਾਂ, ਮੰਗੋ ਵਾਲੀ ਜ਼ਮੀਨ ਲੈ ਕੇ ਉਹਦਾ ਉੱਥੇ ਸਾਈਨ ਸੂਈਨ ਕਰਨੇ ਆ, ਜਰਾ ਕਾਰੋਬਾਰ ਥੋੜ੍ਹਾ ਆ ਰਿਹਾ। ਇੰਨੀ ਖੁਸ਼ੀ, ਇਹ ਵੀ ਗੱਡੀ ਨਾ ਭਾਂਦੀ ਭਰਾਵਾ, ਇਹਦੇ ਪੈਸੇ ਦੇ ਨਹੀਂ ਹੋਣੇ ਪੱਲੇ। ਹੁਣ ਜਰਾ ਸਹੀ ਰਸਤੇ 'ਤੇ ਆ, ਅਤੇ ਆਰਾਮ ਨਾਲ ਚਲਾਈਏ ਗੱਡੀ, ਗੱਡੀ ਚਲਾ ਕੇ ਬ੍ਰੇਕ ਲਾ ਲਾ। ਅਤੇ ਹੁਣ ਜਿੱਦਾਂ ਕਿ ਤੁਹਾਨੂੰ ਮੈਂ ਬਾਈ ਦੱਸਦਾ ਸੀਗਾ ਕਿ ਆਹ ਜ਼ਮੀਨ ਹੁਣ ਅਸੀਂ ਮੌਕੇ 'ਤੇ ਦੇਖ ਲੈਂਦੇ, ਕੋਈ ਹੋਵੇ ਨਾ ਫਾਈਨਲ ਕਰੀਏ। ਅਤੇ ਬਾਈ ਦੇਖ ਲਾਂ ਦੋ, ਲਾਸਟ ਗੱਡੀ ਸੈਡ, ਕਿਉਂਕਿ ਆਹ ਜ਼ਮੀਨ ਸਾਨੂੰ ਪੱਲੇ ਪੈ ਰਹੀ ਆ, ਅਤੇ ਆਪਣੇ ਖਰਚੇ ਦੇ ਵਿੱਚ ਵੀ ਆ, ਆਪਣਾ ਖਰਚਾ ਵੀ ਇਹ 'ਚ ਪੂਰਾ ਹੋ ਜਾਣਾ ਪੈਸੇ ਲੱਗੇ। ਚਲੋ ਖਰੀਦ ਹੀ ਲੈਂਦੇ ਹਾਂ ਬਾਈ, ਕਿੱਦਾਂ ਕਰੀਏ, ਖਰੀਦ ਲਈਏ ਫਿਰ। ਚਲੋ ਬਈ ਲਓ ਬਈ, ਬਾਬੇ ਦਾ ਨਾਂ ਕਿਰਪਾ ਹੋ ਗਈ, ਬਾਬੇ ਦੀ ਜ਼ਮੀਨ ਅਸੀਂ ਖਰੀਦ ਲਈ ਆ। ਬਾਈ ਹੁਣੀ ਹੁਣ ਰੋ ਔਸਕਰ ਹੁਣੀ ਆਏ ਆ, ਔਸਕਰ ਹੈ ਕੌਣ, ਨਹੀਂ ਰੋਨ ਹੁਣੀ ਆ, ਡੱਬਾ ਡੁੱਬਾ ਲੈ ਗਿਆ ਲੱਡੂਆਂ ਦਾ, ਊਈਂ ਇਸ਼ਾਰੇ ਹੀ ਕਰੀ ਜਾਂਦਾ ਆ, ਡੱਬਾ ਕਿੱਥੇ ਆ ਯਾਰ, ਡੱਬਾ ਲਿਆ ਤੈਨੂੰ ਮੈਂ ਕਹੀ ਜਾਂਦਾ। ਗਲਤ ਗੱਲ ਆ ਯਾਰ, ਇੰਨੀ ਸੋਹਣਾ ਤਾਂ $1.5 lakh ਦੇ ਦਿੱਤਾ, ਡੱਬਾ ਨਹੀਂ ਲੈ ਗਿਆ ਤਾਂ ਯਾਰ, ਇੱਦਾਂ ਰੋਣਾ ਆਉਂਦੀ ਆ ਯਾਰ, ਹਜ਼ਾਰ 'ਚ ਦਿਖਾ ਕੇ ਖੁਸ਼ ਜਿਹਾ ਕਰੀ ਜਾਂਦਾ ਆ। ਮਿੱਠਾ ਤਾਂ ਮੂੰਹ ਤਾਂ ਮਿੱਠਾ ਮੁੱਠਾ ਕਰਾ ਯਾਰ, ਥੋੜ੍ਹਾ ਕਾਰੋਬਾਰ ਤਾਂ ਹੁੰਦੇ ਰਹਿਣੇ ਆ। ਚਲ ਕੋਈ ਨਹੀਂ ਭਾਈ, ਲਓ ਜੀ ਵਧਾਈਆਂ, ਪ੍ਰੋਪਰਟੀ ਅਸੀਂ ਖਰੀਦ ਲਈ ਹੈ। ਇੱਦਾਂ ਮੈਂ ਬੋਗੀ ਜੀ 'ਚ ਬਹਿ ਕੇ ਦੇਖਣਾ, ਮੈਂ ਪਹਿਲੀ ਵਾਰੀ ਦੇਖੀ ਉਹ ਬੋਗੀ ਹੈ ਕਿੱਦਾਂ ਦੀ। ਚਲੋ ਜਹਾਜ਼ ਤਾਂ ਖੜ੍ਹਾ, ਜਹਾਜ਼ ਤਾਂ ਚਲਾਈ ਲਿਆ ਸੀ ਅਸੀਂ, ਜਹਾਜ਼ ਉਹਨਾਂ ਦੀ ਤਾਂ ਟ੍ਰੇਨਿੰਗ ਹੈਗੀ ਆ, ਜਹਾਜ਼ ਉਹਨਾਂ ਦਾ ਲਾਇਸੈਂਸ ਹੈਗਾ ਡਰਾਈਵਰ ਉਹਨਾਂ ਕੋਲ। ਆ ਬੋਗੀ ਜੀ ਦੇਖਣੀ ਆ, ਬੋਗੀ ਹੁੰਦੀ ਕੀ ਆ ਯਾਰ, ਡਰਾਈਵਰ ਵੀ ਕਹਿੰਦਾ ਪਬਜੀ ਤਾਂ ਬੜੀ ਖੇਡੀ ਆ, ਜਰਾ ਬਹਿ ਕੇ ਦੇਖੀਏ ਪਹਿਲੀ ਵਾਰੀ ਯਾਰ। ਬਹਿ ਜਾ, ਉਹ ਬਹਿ ਜਾ ਮਾਮਾ, ਆ ਬੋਗੀ ਚਲਾ ਕੇ ਦੇਖੀ ਯਾਰ। ਮੈਂ ਬੋਗੀ ਦੇ ਅੱਗੇ ਚਾਰ ਹੈਲਾਂ ਵਾਲੀਆਂ ਲਾਈਟਾਂ ਲਵਾਈਆਂ, ਸਾਰ ਵਾਲੀਆਂ, ਕਿਆ ਬਾਤ ਹੈ ਕਿਆ ਬਾਤ ਹੈ। ਇਹ ਮੈਨੂੰ ਇੱਦਾਂ ਕਿਉਂ ਲੱਗ ਰਿਹਾ ਜਿੱਦਾਂ ਥੋੜ੍ਹਾ ਬਹੁਤ ਡਿਜ਼ਾਇਨ ਚੱਕਿਆ ਸਾਈਬਰ ਟਰੱਕ ਤੋਂ ਇਹਨਾਂ ਨੇ। ਚਲੋ ਕੋਈ ਨਹੀਂ, ਉਹ ਤੂੰ ਬੰਦੂਕ ਕੱਢ ਲਈ ਬਾਹਰ, ਬੰਦੂਕ ਅੰਦਰ ਕਰ, ਅੰਦਰ ਕਰ, ਹਾਂ ਬੰਦੂਕ ਅੰਦਰ ਕਰ। ਅਤੇ ਹੁਣ ਬਾਈ ਹੁਣ ਗੱਡੀ 'ਚ ਬਹਿੰਦੇ ਹਾਂ ਅਸੀਂ, ਜਿਹੜੀ ਭਰਾ ਉਹਨਾਂ ਦੀ ਗੱਡੀ ਆ, ਇਹ ਘਰੇ ਖੜੀ ਕਰੀਏ ਜਾ ਕੇ, ਅਤੇ ਉਸ ਤੋਂ ਬਾਅਦ ਅਸੀਂ ਫਿਰ ਨਵੀਂ ਗੱਡੀ ਚੱਕਦੇ ਹਾਂ। ਬਾਈ ਹੁਣ ਚੱਲਦੇ ਹਾਂ, ਇੱਥੋਂ ਤਾਂ ਕੰਮ ਮੁੱਕ ਗਿਆ, ਰੋਣ ਹੁਣ ਇਹਨੇ ਲੱਡੂ ਲਿਆ ਕੇ ਦਿੱਤੇ ਨੇ, ਹੁਣ ਆਪਾਂ ਮੋਟੇ ਹਲਵਾਈ ਕੋਲ ਜਾਂਦੇ ਹਾਂ, ਜਿਹਨਾਂ ਨੂੰ ਮੋਟੇ ਹਲਵਾਈ ਉਹਨਾਂ ਦਾ ਨਹੀਂ ਪਤਾ ਬਾਈ, ਅਟੈਂਡੀ ਸ਼ੋਰ ਦੇ ਮੋਟੇ ਹਲਵਾਈ ਆ। ਪਹਿਲਾਂ ਇਹਨੇ ਢਾਬਾ ਖੋਲਿਆ, ਢਾਬੇ ਤੋਂ ਬਾਅਦ ਇਹਨੇ ਦੁਕਾਨ ਖੋਲ੍ਹੀ ਮਿਠਾਈਆਂ ਦੀ। ਬਾਈ ਇਹਨਾਂ ਦਾ ਇੰਨਾ ਕੰਮ ਚੱਲਿਆ, ਲੋਸ ਐਂਡਸ ਵਾਲੇ ਬੰਦੇ ਵੀ ਆ ਕੇ ਇੱਥੇ ਕਹਿੰਦੇ ਆ ਬਾਈ ਸਾਨੂੰ ਇੱਦਾਂ ਦੇ ਬੰਦੇ ਉੱਥੇ ਵੀ ਚਾਹੀਦੇ ਆ। ਇਹਨਾਂ ਨੇ ਹੁਣ ਆਪਣੇ ਭਈਏ ਭੁਈਏ ਉੱਥੇ ਭੇਜੇ ਆ, ਅਤੇ ਉਹਨਾਂ ਦੀ ਵੀ ਗੱਲਬਾਤ ਜਰਾ ਐਂਡ ਕੀ ਆ, ਅਤੇ ਫਰੈਂਚਾਈਜ਼ੀ ਖੋਲੂਗੀ ਉੱਥੇ, ਦੇਖੋ ਹੁਣ ਆਪਣਾ ਕੰਮ ਕਰ। ਚਲੋ ਵੱਧਦਾ ਹੀ ਆ ਬੰਦੇ ਦਾ, ਵਧੀਆ ਕੰਮ ਕਰਨਾ ਚਾਹੀਦਾ, ਥੋੜ੍ਹਾ ਸਾਡਾ ਕੰਮ ਥੋੜ੍ਹਾ ਰਿਸਕੀ ਆ। ਉਹ ਰੋਕ ਲਾ ਰੋਕ ਲਾ ਰੋਕ ਲਾ ਬਾਈ,
चलो भाई जी, मिलते हैं अगली वीडियो के टाटा बाय बाय। थैंक यू। जो तुम सारी वीडियो वधिया लगी तो लाइक करिए जरूर, कमेंट शेयर, सब्सक्राइब प्लीज। थैंक यू।